ਲੈ ਜੀ ਮੁਹੰਮਦ ਅਲੀ ਸਾਹਿਬ ਬਤਾਏ ਜੀ। ਰਨ ਮਰੀ ਦੀ ਇਹ ਹੋਣ ਦੀ ਨੀ ਹੈ, ਮੇਰੇ ਪੜਦਾਦਾ ਜੀ, ਦਾਦਾ ਜੀ, ਅੱਬੂ ਵੀ ਸਾਰੇ ਮਤਲਬ ਨਸਲੀ ਹੈ ਨਾ, ਰਨ ਮਰੀ ਦੀ ਖਾਨਦਾਨੀ, ਤੇ ਇਹ ਚੱਲਦੀ ਆ ਰਹੀ ਹੈ। ਹੁਣ ਮੈਂ ਅੱਗੋਂ ਆਪਣੇ ਬੇਟੇ ਨੂੰ ਵੀ ਟ੍ਰੇਨ ਕਰ ਰਿਹਾ ਵਾਂ। ਸਾਡੇ ਕੈਸ ਗਰੁੱਪ ਦੇ ਵਿੱਚ ਨਾ ਬੜੇ ਪਿਆਰ ਵਾਲੇ ਦੋਸਤ ਨੇ, ਉਹ ਨਵਾਂ ਨੁਸਖਾ ਤੁਹਾਡੇ ਕੋਲ ਰਨ ਮਰੀ ਦਾ ਪੁੱਛਣਾ ਚਾਹ ਰਹੇ ਨੇ, ਜਿਹੜਾ ਤੁਸੀਂ ਅੱਗੇ ਸਾਨੂੰ ਦੱਸਿਆ ਸੀ। ਹਾਂਜੀ, ਉਹ ਨਾ ਉਹ ਨੁਸਖਾ ਇੰਜੇ ਕਿ ਇੱਕ ਗਲਾਸ ਨੀਮ ਗਰਮ ਪਾਣੀ ਲੈ ਲੈਣਾ ਤੇ ਬੇਗਮ ਦੇ ਦੋਵੇਂ ਪੈਰ ਧੋ ਲੈਣੇ ਨੇ। ਇਹ ਪਾਣੀ ਨੀਮ ਗਰਮ ਲੈਣਾ? ਹਾਂਜੀ, ਉਹਦੇ ਨਾਲ ਸਕਾਵਟ ਵੀ ਲੱਥ ਜਾਏਗੀ ਨਾ ਬੇਗਮ ਦੀ। ਕੀ ਆਪਣੀ ਬੇਗਮ ਦੀ? ਅੱਛਾ ਠੀਕ ਹੈ, ਫਿਰ ਉਹ ਕੁੱਟਣ ਦੀ ਵੀ ਲੋੜ ਕੋਈ ਨੀ। ਠੀਕ ਹੈ, ਕਈ ਬੰਦੇ ਜਿਵੇਂ ਮੇਰੇ, ਮੈਨੂੰ ਮੈਂ ਨੀ ਘੁੱਟ ਕੇ ਸੌਂਦਾ, ਮੈਨੂੰ ਨੀਂਦਰ ਹੀ ਨੀ ਫਿਰ ਪੈਂਦੀ ਨਾ ਘੁੱਟਾਂ ਦੇ, ਤੇ ਉਹ ਨਾ ਦੋ ਚਮਚੀਆਂ ਰੂਹ ਅਫਜ਼ਾ ਸ਼ਰਬਤ ਸੁੱਟ ਕੇ ਨਾ ਤੇ ਸੀਰਪ ਪੀ ਛੱਡਣਾ ਤੇ ਤਿੰਨ ਦਿਨ ਬਾਅਦ ਰਨਮਰੀ ਤਿਆਰ ਤੇ 100 ਸਾਲਾ ਪੁਰਾਣੀ ਖੰਘ ਵੀ ਖਤਮ ਹੋ ਜਾਏ। ਇਹ ਖੰਘ ਦੇ ਵਿੱਚ ਕੀ ਅਮਲ ਦਖਲ ਹੈ? ਉਹ ਜਿਹੜੇ ਪੈਰਾਂ ਦੇ ਵਿੱਚ ਵਿਟਾਮਿਨ ਹੁੰਦੇ ਨੇ ਉਹ ਖਾਂਸੀ ਵੀ ਖਤਮ ਕਰਦੇ। ਤੇ ਜੇ ਬੰਦਾ ਉਂਝ ਵੱਖੀ ਚ ਠੁੱਡੇ ਛੁੱਡੇ ਖਾ ਲੇ ਤੇ? ਜਨਾਬ, ਇਹ ਸਾਡੇ ਨਾਲ ਅੱਜ ਰਨਮਰੀਤ ਬਕਲਮੇ ਖੁਦ ਨੇ, ਤੇ ਇਹ ਸਾਨੂੰ ਅੱਜ ਆਪਣੀ ਆਪ ਹੱਡ ਬੀਤੀ ਸੁਣਾਉਣ ਦੇ ਕਿ ਕੀ ਇਹਨਾਂ ਨਾਲ ਬੀਤੀ ਸੀ, ਉਹ ਜਿਹੜਾ ਵਾਕਿਆ ਸੀ ਜਿਨ੍ਹਾਂ ਨੂੰ ਇਹਨਾਂ ਕੰਮ ਕਰਨ ਤੇ ਮਜਬੂਰ ਕਰ ਛੱਡਿਆ, ਉਹ ਕਿਹੜਾ ਐਸਾ ਵਾਕਿਆ ਸੀ? ਉਹ ਮੈਂ ਆਪਣੇ ਅੱਬੂ ਨੂੰ 500 ਰੁਪਇਆ ਦਿੰਦਾ ਹੁੰਦਾ, ਮੈਨੂੰ ਗਾਲਾਂ ਕੱਢਦੇ ਹਨ, ਫਿਰ ਮੈਂ ਵੱਖਰਾ ਹੋ ਕੇ ਸਹੁਰੇ ਡੁਰ ਗਿਆ, ਸਹੁਰੇ ਨੂੰ 200 ਦੇਣਾ ਹੁੰਦਾ, ਮੂੰਹ ਮੱਥਾ ਚੁੰਮਦੇ ਹਨ। ਤੇ ਜਦੋਂ ਛੋਟੇ ਭਰਾ ਨੇ ਮਾਰਿਆ ਨਾ ਜਨਾਨੀ ਨੂੰ, 3 ਦਿਨ ਫਿਰ ਮਰਾਂਦਰੋਂ ਦਿਲ ਰੋਂਦਾ, ਮੈਂ ਨੀ ਰੋਂਦਾ, ਫਿਰ ਮਰਾਂਦਰੋਂ ਦਿਲ ਰੋਂਦਾ। ਜਨਾਨੀਆਂ ਕਿੱਥੋਂ ਲੱਭਦੀਆਂ ਨੇ, ਮਾਂ ਪਿਓ ਮਰ ਜੇ ਸਾਰਾ ਮਹੱਲਾ ਦਲਾਸੇ ਦਿੰਦਾ, ਪੁੱਤਰਾ ਹੀ ਤੇਰੇ ਵੱਡੇ ਵਡੇਰੇ ਨਾ ਰੋ, ਜਨਾਨੀ ਮਰ ਜੇ ਕੋਈ ਬੀਬੀ ਆਂਦੀ ਮੈਂ ਤੇਰੀ ਜਨਾਨੀ। ਸਾਨੂੰ ਪੁੱਛੋ ਸਿਆਣੇ ਐਵੇਂ ਤੇ ਨੀ ਕਹਿੰਦੇ ਜਨਾਨੀ ਦੀਆਂ ਗਾਲਾਂ ਘਿਓ ਦੀਆਂ ਨਾਲਾਂ, ਜਿੰਨਾ ਚਿਰ ਉਹਨੂੰ ਘੁੱਟ ਕੇ ਨਾ ਸਵਾਂ ਨੀਂਦਰ ਹੀ ਨੀ ਪੈਂਦੀ। ਅੰਮਾ ਮੇਰੀ ਕਹਿੰਦੀ ਪੁੱਤਰ ਤੂੰ ਤੇ ਥੱਲੇ ਲੱਗਣ, ਮੈਂ ਕਿਹਾ ਮਾਂ ਹੀ ਮੈਨੂੰ ਉੱਤੇ ਠੰਡ ਲੱਗ। ਹਾਂਜੀ।